ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਰੋਕ ਕਰਕੇ ਹਰਿਆਣੇ ਦਾ ਹਰਿਆਣੇ ਦੇ ਵਿੱਚ ਖੇਡ ਮੰਤਰੀ ਤੇ ਛੇੜਛਾੜ ਦੇ ਦੋਸ਼ ਲੱਗੇ ਨੇ ਇੱਕ ਬੀਬੀ ਆ ਜਿਹੜੀ ਕਿ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਸ਼ਾਇਦ ਐਥਲੀਟ ਕੋਚ ਹੈ ਜੂਨੀਅਰ ਐਥਲੀਟ ਕੋਚ ਹੈ ਸ਼ਾਇਦ ਤੁਸੀਂ ਦੱਸ ਦਿਓ ਉਹਦੇ ਬਾਰੇ ਜ਼ਿਆਦਾ ਉਹਨੇ ਇਹ ਜਿਹੜੇ ਦੋਸ਼ ਲਾਏ ਨੇ ਕਿ ਇਹ ਬੰਦੇ ਨੇ ਮੈਨੂੰ ਮੇਰੇ ਨਾਲ ਮਿਸਬੀਹੇਵ ਕੀਤਾ ਮੈਨੂੰ ਮਜਬੂਰ ਕੀਤਾ ਕਿ ਮੇਰੇ ਨਾਲ ਸੈਕਸੂਅਲੀ ਹਰਾਸ ਕਰ ਸਕਦੇ ਆਪਾਂ ਉਹ ਤਾਂ ਸੰਦੀਪ ਸਿੰਘ ਇੱਕ ਬਹੁਤ ਵੱਡਾ ਨਾਮ ਹੈ ਸਪੋਰਟਸ ਦੀ ਦੁਨੀਆ ਦੇ ਵਿੱਚ ਹਾਕੀ ਦੇ ਵਿੱਚ ਹਰਿਆਣੇ ਦੇ ਵਿੱਚ ਉਹ ਖੇਡ ਮੰਤਰੀ ਹੈ ਦੋਸ਼ ਕਾਫੀ ਗੰਭੀਰ ਲੱਗੇ ਨੇ ਬਿਲਕੁਲ ਇਹ ਬੜੀ ਹੈਰਾਨੀ ਵਾਲੀ ਖਬਰ ਸੀ ਸਾਡੇ ਸਾਰੇ ਲਈ ਜਦੋਂ ਇਹ ਜਨ ਤੱਕ ਹੋਈ ਤੇ ਪਹਿਲੀ ਨਜ਼ਰੇ ਮਤਲਬ ਕਿ ਇਹ ਦੇ ਪਰ ਸ਼ੰਕੇ ਸ਼ੋਭੇ ਵੀ ਖੜੇ ਹੁੰਦੇ ਨੇ ਕਿ ਕੀ ਇਹਦੇ ਪਿਛੇ ਕੋਈ ਰਾਜਨੀਤੀ ਤਾਂ ਨਹੀਂ ਕੰਮ ਕਰ ਰਹੀ ਜਾ ਸੱਚਮੁੱਚ ਮਤਲਬ ਕਿ ਅਜਿਹੀ ਹਰਕਤ ਹੋ ਸਕਦੀ ਹੈ ਬੰਦਾ ਕਦੇ ਵੀ ਪਟਕ ਸਕਦਾ ਹੈ ਇਹ ਵੀ ਇੱਕ ਪਹਿਲੂ ਹੈਗਾ ਸੋ ਇਨ ਹੈਲੋਸ ਮਤਲਬ ਢੜੇ ਦੇ ਦਫਤਰ ਦੇ ਵਿੱਚ ਬੈਠ ਕੇ ਦੋਸ਼ ਲਾਇਆ ਗਿਆ ਇਹ ਇਸ ਲਈ ਇਹ ਰਾਜਨੀਤਿਕ ਪਹਿਲੂ ਨਜ਼ਰ ਆਉਂਦਾ ਬਰਵੀਨ ਜੀ ਬੀਬੀ ਜੂਨੀਅਰ ਕੋਚ ਹੈ ਬਿਲਕੁਲ ਤੁਸੀਂ درست فرمایا ਕਿ ਇਹ ਉਹ ਕੋਚ ਹੁੰਦੇ ਨੇ ਜਿਹੜੇ ਨਾਲ ਆਪ ਵੀ ਅਜੇ ਪ੍ਰੈਕਟਿਸ ਕਰਦੇ ਨੇ ਤੇ ਸੰਦੀਪ ਸਿੰਘ ਬਾਰੇ ਉਹ ਕਹਿ ਰਹੀ ਹੈ ਕਿ ਜੀ ਕਿ ਮੇਰੇ ਨਾਲ ਪਹਿਲਾਂ ਇਹਨੇ ਮੈਨੂੰ ਇੱਕ ਜਿਮ ਵਿੱਚ ਦੇਖਿਆ ਫਿਰ ਮੇਰੇ ਨਾਲ ਗੱਲਬਾਤ ਸ਼ੁਰੂ ਕਰ ਲਈ ਫਿਰ ਮੇਰੇ ਨਾਲ ਚੈਟ ਸ਼ੁਰੂ ਕਰ ਲਈ ਫਿਰ ਮੈਨੂੰ ਇੱਕ ਦਿਨ ਘਰੇ ਬੁਲਾਇਆ ਘਰੇ ਬੁਲਾ ਕੇ ਕਹਿੰਦਾ ਕਿ ਇੱਥੇ ਮੈਂ ਕੰਫਰਟੇਬਲ ਗੱਲ ਨਹੀਂ ਹੋ ਪਾਰੀ ਇੱਥੇ ਕੈਮਰੇ ਲੱਗੇ ਨੇ ਆਪਾਂ ਅੰਦਰ ਬਹਿ ਕੇ ਗੱਲ ਕਰਦੇ ਹਾਂ ਤੇ ਮੇਰੇ ਪੈਰ ਦੇ ਉੱਤੇ ਹੱਥ ਰੱਖ ਲਿਆ ਤੇ ਕਹਿੰਦੇ ਹੱਥ ਰੱਖ ਕੇ ਮੈਨੂੰ ਕਹਿੰਦਾ ਕਿ 2 ਮੈਨੂੰ ਖੁਸ਼ ਕਰ ਮੈਂ ਤੈਨੂੰ ਖੁਸ਼ ਕਰ ਦੂੰਗਾ ਤੇ ਕਹਿੰਦੇ ਉਹ ਮੈਂ ਇਹਨੂੰ ਮਤਲਬ ਕਿ ਪੰਜ ਮਾਰ ਕੇ ਜਾਂ ਤੱਕਾ ਮਾਰ ਕੇ ਕਿ ਮੈਂ ਬਾਹਰ ਆ ਗਈ ਤੇ ਉਹ ਤੋਂ ਬਾਅਦ ਕਹਿੰਦੀ ਮੈਂ ਪੁਲਿਸ ਤੱਕ ਪਹੁੰਚ ਕੀਤੀ ਪੁਲਿਸ ਕਹਿੰਦੀ ਕਿ ਬੀਬੀ ਕਿੱਥੇ ਪੰਗੇ ਲੈਂਦੀ ਫਿਰਦੀ ਆ ਮੰਤਰੀ ਸਾਹਿਬ ਨੇ ਮਰਵਾ ਵੀ ਨਹੀਂ ਦੇ ਹੁੰਦੇ ਨੇ ਤੇ ਕਹਿੰਦੀ ਮੈਂ ਆਫਿਸ ਤੱਕ ਪਹੁੰਚ ਕੀਤੀ ਮੁੱਖ ਮੰਤਰੀ ਸਾਹਿਬ ਦੇ ਉੱਥੋਂ ਵੀ ਸੁਨੇਹਾ ਮਿਲਿਆ ਕਿ ਛੱਡ ਛੁਟੀਆਂ-ਵਟੀਆਂ ਗੱਲਾਂ ਦੀ ਪਰਵਾਹ ਨਹੀਂ ਕਰੀ ਦੀ ਤੂੰ ਆਪਣਾ ਕੰਮ ਕਰ ਤੇ ਇਹ ਇਸ ਲਈ ਕਹਿੰਦੀ ਹੁਣ ਮੈਂ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦੇ ਰਹੀ ਆ ਤੇ ਉਤੋਂ ਬਾਅਦ ਮੈਂ ਕਾਰਵਾਈ ਚਾਹੂੰਗੀ ਤੇ ਅਨੈਲੋ ਦਫ਼ਤਰ 'ਚ ਬੈਠ ਕੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਸਾਰੇ ਦੋਸ਼ ਅਨੈਲੋ ਦਫ਼ਤਰ 'ਚ ਬੈਠ ਕੇ ਲਾਏ ਜੀ ਜੀ ਸਵਾਲ ਇਹ ਹੈ ਕਿ ਜੇਕਰ ਇਹ ਮਾਮਲਾ ਛੇੜਛਾੜ ਦਾ ਸੀ ਜਾਂ ਇਸੇ ਰੂਪ ਸੀ ਫਿਰ ਉਹ ਰਾਜਨੀਤਿਕ ਪਾਰਟੀ ਦੀ ਸਰਨੇ ਨੇ ਦੀ ਗਰੋਹ ਸੀ ਸਿੱਧਾ ਮੀਡੀਆ ਕੋਲ ਆਇਆ ਜਾ ਸਕਦਾ ਸੀ ਸੋ ਇਸ ਸਵਾਲ 'ਤੇ ਨਵ ਸੰਦੀਪ ਸਿੰਘ ਕਹਿ ਰਹੇ ਨੇ ਕਿ ਇਹ ਪਹਿਲੇ ਤੋਂ ਹੀ ਸਾਫ ਹੁੰਦਾ ਜੀ ਕਿ ਦੂਸਰੇ ਪਾਰਟੀ ਦੇ ਦਫ਼ਤਰ ਬੈਠ ਕੇ ਮੇਰੇ ਤੇ ਦੋਸ਼ ਲਾਏ ਜਾ ਰਹੇ ਨੇ ਇੱਥੋਂ ਹੀ ਪਿੱਛੇ ਸਮਝ ਆਉਂਦੀ ਹੈ ਕਿ ਰਾਜਨੀਤਿਕ ਮਨਸ਼ਾ ਕੰਮ ਕਰਦੀ ਹੈ ਜੋ ਕਹਿੰਦਾ ਕਿ ਮੈਂ ਤਾਂ ਖੁਦ ਖੜੀ ਹਾਂ ਮੈਂ ਤਾਂ ਹਾਕੀ ਟੀਮ ਚ ਖਿਡਾਰੀ ਬੱਜੋ ਵੀ ਕੈਪਟਨ ਬੱਜੋ ਵੀ ਕੋਚ ਬੱਜੋ ਵੀ ਕੰਮ ਕਰਦਾ ਰਿਆਂ ਤੇ ਸਭ ਤੋਂ ਛੋਟੀ ਉਮਰ ਦਾ ਐਮਐਲਏ ਬਣਦਾ ਛੋਟੀ ਉਮਰ ਦਾ ਕਪਤਾਨ ਬਣਦਾ ਸਭ ਤੋਂ ਛੋਟੀ ਉਮਰ ਦਾ ਮੰਤਰੀ ਬਣਦਾ ਤੇ ਇਸ ਲਈ ਕਈਆਂ ਨੂੰ ਚੁਪਦਾ ਆ ਮੈਂ ਤੇ ਇਸ ਕਾਰਨ ਮੇਰੇ ਤੇ ਦੋਸ਼ ਨੇ ਤੇ ਕਹਿੰਦੇ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦਾ ਕਿ ਉਹ ਇਹਦੀ ਨਿਰਪੱਖ ਜਾਂਚ ਕਰਾ ਲੈਣ ਤੇ ਮੈਨੂੰ ਕੋਈ ਸ਼ੰਕੇ ਸ਼ੋਭੇ ਨਹੀਂ ਕਿ ਇਹਦੇ ਪਿੱਛੇ ਕਹਿੰਦਾ ਕਿ ਮੈਂ ਤਾਂ ਖਿਡਾਰੀਆਂ ਦਾ ਸਹਿਯੋਗ ਕਰਦਾ ਰਿਹਾ ਹੈਲਪ ਕਰਦਾ ਰਿਹਾ ਤੇ ਮੈਨੂੰ ਪਤਾ ਕਿ ਜਿਹੜੇ ਕਹਿੰਦਾ ਮੈਂ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਨੇ ਕਿ ਜਿਹੜੇ ਖੇਡਦੇ ਨੇ ਤੇ ਕੋਚ ਨੇ ਉਹਨਾਂ ਨੂੰ ਇਸ ਹਸਾਬ ਦੀ ਥਾਂ ਤੇ ਲਾਇਆ ਜਾਵੇ ਜਿੱਥੇ ਉਹ ਆਪਣੀ ਪ੍ਰੈਕਟਿਸ ਵੀ ਕਰ ਸਕਣ ਤੇ ਕਹਿੰਦਾ ਮੈਂ ਤਾਂ ਮਤਲਬ ਇਸ ਹਸਾਬ ਨਾਲ ਹੈਲਪ ਕੀਤੀ ਹੈ ਤੇ ਇਹਦੇ ਪਿੱਛੇ ਕੀ ਰਾਜਨੀਤਿਕ ਮਨਸ਼ਾ ਕਹਿੰਦਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਮੇਰੇ ਤੇ ਦੋਸ਼ ਲਾਉਣ ਦੇ ਕਾਰਨ ਕੀ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਤੀਸਰਾ ਉਹ ਕਹਿੰਦੇ ਕਿ ਇਸ ਜਿਹੜੀ ਬੀਬੀ ਨੇ ਜਿਹੜੀ ਡੱਗਰ ਹੈ ਏਡਾ ਡਾਬਰ ਹੈ ਨਾ ਉਹ 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 ਕੁੜੀ ਨੇ ਜਿਹਨੇ ਦੋਸ਼ ਲਾਇਆ ਨੇ ਕਹਿੰਦਾ ਕਿ ਉਹਦੀ ਜ਼ਿੰਦਗੀ ਦੀ ਵੀ ਜਾਂਚ ਹੋਵੇ ਕਿ ਉਹਦਾ ਪਿਛੋਕੜ ਕਿਹਜਾ ਰਿਹਾ ਸੋ ਇਸ ਲਈ ਇਹ ਸਵਾਲੇ ਨਾਲ ਇਹ ਮਾਮਲਾ ਖਾਸਾ ਪਚੀਦਾ ਬਣ ਗਿਆ ਬੇਸ਼ੱਕ ਰੁਟੀਨ ਦੇ ਵਿੱਚ ਪਤਾ ਲੱਗ ਰਿਹਾ ਸੀ ਪ੍ਰਵੀਨ ਜੀ ਕੇ ਹਰਿਆਣਾ ਦੀ ਕੈਬਨਟ ਚ ਅ ਅਗਲੇ ਆ ਵਿੱਚ ਇਹ ਜਿਹੜਾ ਹੁਣ اجلاس ਹੈ ਇਸ ਤੋਂ ਬਾਅਦ ਦੋ ਤਿੰਨ ਮਹੀਨਿਆਂ ਚ ਕਦੇ ਵੀ ਫੇਰ ਬਦਲਦੀ ਸੰਭਾਵਨਾ ਹੈ ਹਾਂ ਜੀ ਕੁਝ ਸਾਰੇ ਮੰਤਰੀਆਂ ਦੇ ਰਿਪੋਰਟ ਕਾਰਡ ਬਣੇ ਸੀ ਤੇ ਰਿਪੋਰਟ ਕਾਰਡ ਖੱਤਰ ਤੋਂ ਹੋ ਕੇ ਦਿੱਲੀ ਤੱਕ ਪਹੁੰਚ ਗਏ ਸੀ ਤੇ ਉਹਨਾਂ ਚੋਂ ਤਿੰਨ ਜਾਂ ਚਾਰ ਮੰਤਰੀਆਂ ਨੂੰ ਹਟਾਏ ਜਾਣ ਦੀ ਸੁਭਾਵਨਾ ਸੀ ਜਿਨ੍ਹਾਂ ਚ ਸੰਦੀਪ ਦੇ ਨਾਮ ਦੀ ਵੀ ਚਰਚਾ ਸੀ ਠੀਕ ਹੈ ਪਰ ਉਹ ਉਹਨਾਂ ਦੀ ਕਾਰਗੁਜ਼ਾਰੀ ਕੰਮ ਕਰਕੇ ਸੀ ਪਰ ਹੁਣ ਜਿਹੇ ਜਿਹੇ ਦੋਸ਼ ਲੱਗੇ ਨੇ ਤੇ ਉਧਰ ਅਨੈਲੋ ਦੇ ਆਗੂਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਭੁਪਿੰਦਰ ਹੁੱਡਾ ਕਹਿੰਦੇ ਜੀ ਕਿ ਮੈਨੂੰ ਵੀ ਫੋਨ ਆਇਆ ਸੀਗਾ ਅਵੇ ਚਟਾਲੇ ਦਾ ਤੇ ਉਹ ਕਹਿੰਦਾ ਜੀ ਕਿ ਬੀਬੀ ਤੁਹਾਨੂੰ ਵੀ ਮਿਲੂਗੀ ਜੀ ਤੁਸੀਂ ਵੀ ਉਹ ਕਹਿੰਦਾ ਮੈਂ ਕਿਹਾ ਵੀ ਪਹਿਲਾ ਮਾਮਲਾ ਆਵੇ ਮੇਰੇ ਕੋਲ ਮੈਂ ਮੰਗਲੀ ਸੁਣੂੰਗਾ ਸਮਝੂੰਗਾ ਫਿਰ ਮਤਲਬ ਇਹਦੇ ਉੱਪਰ ਗੱਲ ਕਰਾਂਗੇ ਐਦਾ ਅਸੀਂ ਸਿੱਧਾ ਨਹੀਂ ਕੁਝ ਕਹਿਣਾ ਪਰ ਨੈਲੋ ਇਸ ਗੱਲ ਤੇ ਅੜ ਗਈ ਹੈ ਕਿ ਇਹਦੀ ਮੰਗ ਹੋਵੇ ਚਾਹੇ ਉਧਰ ਕੁਝ ਮਾਇਰ ਵਕੀਲਾਂ ਦਾ ਕਹਿਣਾ ਕਿ ਹੈ ਜੇਹਾ ਦੋਸ਼ ਹੈ ਇਹਦੇ ਪਰ ਸਿੱਧਾ ਪੁਲਿਸ ਪਰਚਾ ਦਰਜ ਕਰਕੇ ਕੋਈ ਵੀ ਕਾਰਵਾਈ ਕਰ ਸਕਦੀ ਹੈ ਠੀਕ ਹੈ ਤਾਂ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਇਹ ਰਾਜਨੀਤਿਕ ਪਹਿਲੂ ਹੈ ਜਾਂ ਇਹ ਇੱਕ ਕਟਿਆ ਮਾਨਸਿਕਤਾ ਦਾ ਪਹਿਲੂ ਹੈ ਜਾਂ ਇਹ ਇੱਕ ਮਤਲਬ ਕਿ ਮਰਦਾਨਗੀ ਦੀ ਘਟਿਆ ਹਰਕਤ ਦਿਖਾਉਣ ਦੀ ਕੋਸ਼ਿਸ਼ ਆ ਸੋ ਕਿਹੜੇ ਪਹਿਲੂ ਤੋਂ ਇਹ ਪੱਕੇ ਉੱਪਰ ਕਿਉਂਦਾ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਸੰਦੀਪ ਸਿੰਘ ਲਈ ਔਖੀ ਘੜੀ ਹੈ ਸਭ ਤੋਰਿਆ ਉਹਦੇ ਰਾਜਨੀਤਿਕ ਕੈਰੀਅਰ ਲਈ ਇੱਕ ਵੱਡਾ ਪ੍ਰਸ਼ਨ ਚਿੰਨ ਲੱਗ ਰਿਹਾ ਹੈ ਉਹਦੇ ਤੇ ਜੋ ਇਹ ਸਵਾਲ ਖੜਾ ਹੋਇਆ ਜੀ ਫਿਰ ਹਾਂਜੀ ਬਿਲਕੁਲ ਇਹ ਤਾਂ ਹੈ ਜਦੋਂ ਕਿਸੇ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਤਾਂ ਫਿਰ ਉਹ ਜਿਹੜੀ ਰਾਜਨੀਤਿਕ ਸ਼ਵੀ ਹੁੰਦੀ ਹੈ ਉਹਦੇ ਤੇ ਡੈਂਟ ਤਾਂ ਪੈਂਦਾ ਹੀ ਪੈਂਦਾ ਹਾਲਾਂਕਿ ਦੋਸ਼ ਸਾਬਤ ਹੋਣਾ ਜਾਂਚ ਹੋਣਾ ਇਹ ਇੱਕ ਲੰਬਾ ਪ੍ਰੋਸੈਸ ਹੈ ਤੇ ਇਹਦੇ ਵਿੱਚ ਜਾਂਚ ਉਸ ਤੋਂ ਬਾਅਦ ਜੁਡੀਸ਼ੀਅਲੀ ਜੇ ਕੇਸ ਦਰਜ ਹੁੰਦਾ ਜਾਂ ਜਿਹੜਾ ਹੁੰਦੀ ਹੈ ਕੇਸ ਪਾਉਂਦਾ ਤਾਂ ਉਹਤੇ ਬਹੁਤ ਚੀਜ਼ਾਂ ਮਨਸਰ ਨੇ ਪਰ ਤੁਹਾਨੂੰ ਯਾਦ ਹੋਣਾ ਹੈ ਇੱਕ ਬੀਜੇਪੀ ਦਾ ਮੰਤਰੀ ਹੈ ਸ਼ਾਹ ਨਵਾਜ਼ ਹੁਸੈਨ ਉਹਦੇ ਤੇ ਕਿਸੇ ਬੀਬੀ ਨੇ ਰੇਪ ਦੇ ਐਲੀਗੇਸ਼ਨ ਲਾਤੇ ਸੀਗੇ ਤੇ ਉਹ ਪਰ ਪੁਲਿਸ ਨੇ ਉਹਦੇ ਤੇ ਐਫ ਆਈ ਆਰ ਹੀ ਨਹੀਂ ਦਰਜ ਕੀਤੀ ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਹੀ ਉਹ ਰੱਦ ਕਰਤਾ ਸੀ ਬਾਅਦ ਦੇ ਵਿੱਚ ਕੋਰਟ ਥਰੂ ਉਹ ਐਫ ਆਈ ਆਰ ਜਿਹੜੀ ਐਸ ਵੀ ਸੀ ਹਾਂਜੀ ਤੇ ਇਹ ਹੈ ਕਿ ਕਈ ਬੰਦੇ ਜਿਹੜੋ ਜਿਹੜੇ ਪ੍ਰੋਮੀਨੈਂਟ ਹੁੰਦੇ ਨੇ ਸ਼ਰਮਾ ਜੀ ਉਹ ਕਈ ਵਾਰੀ ਅਪਰੋਚ ਦਾ ਲਾਹਾ ਲੈਂਦੇ ਨੇ ਪਰ ਜਿਹੜਾ ਇੰਕਰ ਕੀਤਾ ਪਾਰਟੀ ਦਫਤਰ ਦਾ ਤਾਂ ਕਈ ਵਾਰੀ ਚੀਜ਼ਾਂ ਨੂੰ ਪੋਲਿਟੀਕਲ ਰੂਪ ਵੀ ਦੇ ਦਿੱਤਾ ਜਾਂਦਾ ਕਿਉਂਕਿ ਉਹਨਾਂ ਦਾ ਮਾਈਲੇਜ ਕਿੰਨਾ ਕ ਮਿਲਦਾ ਮੈਨੂੰ ਚੱਕ ਤੇ ਆਦਾ ਦਿੱਲੀ ਹਾਈ ਕੋਰਟ ਨੇ ਆਰਡਰ ਕੀਤਾ ਸੀਗਾ ਦਿੱਲੀ ਹਾਈ ਕੋਰਟ ਨੇ ਐਫ ਆਈ ਆਰ ਅਗੇਂਸਟ ਬੀ ਜੀ ਪੀ ਲੀਡਰ ਸ਼ਾਹ ਨਵਾਜ਼ ਹਸਨ